ਅਸਲਾਮੁਅਲੈਕੁਮ ਵੈਲਕਮ ਜੀ ਆਇਆਂ ਨੂੰ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਅਲੀਜ਼ਾ ਸਹਿਲ ਬਲੌਗ ਵਿੱਚ ਉਮੀਦ ਕਰਦੇ ਹਾਂ ਜੀ ਸਭ ਠੀਕ ਠਾਕ ਹੋਣਗੇ ਅੱਲਾਹ ਪਾਕ ਹੁਣ ਸਭ ਨੂੰ ਸਿਹਤ ਤੋਂ ਤੰਦਰੁਸਤ ਸਿਹਤ ਆ ਫਰਮਾਏ ਬਿਮਾਰੀਆਂ ਤੋਂ ਮਹਿਫੂਜ਼ ਰੱਖੀ ਆਮੀਨ ਸੁਮਾ ਅਮੀਰ ਹਾਂਜੀ ਜੀ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੰਜਾਬ ਦਾ ਖੂਬਸੂਰਤ ਕਲਚਰ ਜਿੱਦਾਂ ਕਿ ਗਾਓ ਦੇ ਪੁਰਾਣੇ ਗਾਓ ਦੇ ਵਿੱਚ ਪੁਰਾਣੇ ਜ਼ਮਾਨੇ ਵਿੱਚ ਘਰ ਮਿੱਟੀ ਦੇ ਬਣਾਏ ਜਾਂਦੇ ਸੀਗੇ ਲੇਕਿਨ ਅੱਜ ਇੱਕ ਐਸਾ ਘਰ ਵਾ ਜਿੱਥੇ ਸਾਰੀਆਂ ਚੀਜ਼ਾਂ ਹੀ ਮਿੱਟੀ ਦੀਆਂ ਬਣੀਆਂ ਹੋਈਆਂ ਵਾ ਕੋਈ ਵੀ ਜਿਹੜੀ ਇਸਤੇਮਾਲ ਦੀਆਂ ਚੀਜ਼ਾਂ ਸਾਰੀਆਂ ਕੁਛ ਸਾਰਾ ਕੁਛ ਹੀ ਨਾ ਪੁਰਾਣੇ ਵਕਤਾਂ ਦਾ ਬਣਿਆ ਹੋਇਆ ਵਾ ਉਹ ਉਸ ਹਿਸਾਬ ਨਾਲ ਆਇਓ ਜੀ ਤੁਹਾਨੂੰ ਦਿਖਾਉਂਦੇ ਹਾਂ ਬਿਸਮਿਲ੍ਲਾ ਕਰਦੇ ਹਾਂ ਜੀ ਹਾਂਜੀ ਜੀ ਸਟਾਰਟ ਜੀ ਉਹ ਉੱਧਰੋਂ ਦੇਖੋ ਜੀ ਆ ਜੀ ਇੱਦਾਂ ਦੀਵਾਰਾਂ ਬਣਾਈਆਂ ਹੋਈਆਂ ਹੁਣ ਜੀ ਆਏ ਹਾਂ ਜੀ ਕਿਚਨ ਦੇ ਵਿੱਚ ਬਿਸਮਿਲ੍ਲਾ ਕਰਦੇ ਹਾਂ ਕਿਚਨ ਤੋਂ ਆਹ ਦੇਖੋ ਜੀ ਚੁੱਲ੍ਹੇ ਬਣਾਏ ਹੋਏ ਆ ਦੋ ਚੁੱਲ੍ਹੇ ਬਣਾਏ ਹੋਏ ਆ ਦੀਵਾਰ ਜਿਹੜੀ ਮਿੱਟੀ ਦੀ ਬਣਾਈ ਹੋਈ ਸਾਰਾ ਹੀ ਮਿੱਟੀ ਦਾ ਬਣਾਇਆ ਹੋਇਆ ਆਹ ਬਣਾਏ ਹੋਏ ਬਰਤਨ ਬੁਰਤਨ ਰੱਖਣ ਲਈ ਆਹ ਦੇਖ ਲਓ ਇੱਥੇ ਬਰਤਨ ਰੱਖੇ ਹੋਏ ਆ ਦੀਵਾਰ ਕੀਤੀ ਹੋਈ ਆ ਇੱਧਰ ਆ ਵਿੱਚ ਸਮਾਨ ਸਮੂਨ ਵਾਧੂ ਘੱਟ ਰੱਖਣ ਲਈ ਆ ਜਗ੍ਹਾ ਬਣਾਈ ਹੋਈ ਆ ਆਹ ਦੇਖ ਲਓ ਜੀ ਬਰਾਂਡਾ ਬਣਾਇਆ ਹੋਇਆ ਇਹ ਵੀ ਮਿੱਟੀ ਨਾਲ ਹੀ ਬਣਾਇਆ ਹੋਇਆ ਵਾ ਅਤੇ ਆਇਓ ਜੀ ਅੰਦਰੋਂ ਤੁਹਾਨੂੰ ਦਿਖਾਉਂਦੀ ਆ ਮੰਜੇ ਮੰਜੇ ਰੱਖੇ ਹੋਏ ਪੇਟੀਆਂ ਰੱਖੀਆਂ ਹੋਈਆਂ ਮਸ਼ੀਨ ਕੱਪੜੇ ਸੀਨ ਵਾਲੀ ਉਹ ਆਹ ਦੇਖੋ ਮਾਨੂੰ ਬਿੱਲੀ ਵੀ ਬੈਠੀ ਹੈ ਇੱਥੇ ਘੜਾ ਰੱਖਿਆ ਹੋਇਆ ਪਾਣੀ ਪੀਣ ਲਈ ਸਾਰਾ ਹੀ ਬਿਲਕੁਲ ਜਿਹੜਾ ਦੇਸੀ ਮਾਹੌਲ ਜਿਹੜਾ ਆਪਣਾ ਪੰਜਾਬ ਦਾ ਕਲਚਰ ਸਾਰਾ ਕੁਛ ਉਹਦੀ ਬਣਾਇਆ ਹੋਇਆ ਵਾ ਆਹ ਦੇਖ ਲਓ ਜੀ ਆਹ ਕੀ ਹੈ ਜਿੱਦਾਂ ਤੰਦੂਰ ਹੁੰਦਾ ਨਾ ਇੱਦਾਂ ਬਣਾਇਆ ਹੋਇਆ ਵਾ ਆਹ ਇੱਥੇ ਆ ਸਮਾਨ ਸਮੂਹ ਰੱਖਣ ਲਈ ਇੱਧਰੋਂ ਵਿੱਚੋਂ ਦੀ ਦਿਖਾਓ ਜ਼ਰਾ ਪਿੱਛੋਂ ਕਿਹਾ ਇਹਨੂੰ ਅਤੇ ਆਹ ਦੇਖ ਲਓ ਅੱਜ ਕੱਲ੍ਹ ਡੋਲੀਆਂ ਹੁੰਦੀਆਂ ਨਾ ਲੱਕੜੀਆਂ ਦੀਆਂ ਬਣੀਆਂ ਹੋਈਆਂ ਲੇਕਿਨ ਇਹ ਮਿੱਟੀ ਦੀਆਂ ਬਣਾਈਆਂ ਹੋਈਆਂ ਬਹੁਤ ਕੁਛ ਇੱਥੇ ਤੁਹਾਨੂੰ ਦੇਖਣ ਨੂੰ ਨਵਾਂ ਮਿਲੂਗਾ ਜੋ ਕਿ ਤੁਹਾਨੂੰ ਤੁਸੀਂ ਨਾ ਪਹਿਲੇ ਨਹੀਂ ਦੇਖਿਆ ਹੋਣਾ ਅਤੇ ਆਹ ਡੋਲੀ ਜੀ ਬਣੀ ਹੋਈ ਆ ਇਹਦੇ ਵਿੱਚ ਸਮਾਨ ਸਮੂਹ ਜਿੱਦਾਂ ਵੱਧ ਹੁੰਦਾ ਵਾ ਕੋਈ ਡੱਬੇ ਡੁੱਬੇ ਹੁੰਦੇ ਆ ਰੱਖਣੇ ਹੁੰਦੇ ਆ ਆਲੂ ਥੱਲੇ ਮੰਜਿਆਂ ਥੱਲੇ ਵਿਛਾਏ ਹੋਏ ਆ ਕਿ ਖਰਾਬ ਨਾ ਹੋਣ ਅਤੇ ਆਹ ਦੇਖ ਲਓ ਸ਼ੇਡ ਬਣਾਏ ਹੋਏ ਇਹ ਵੀ ਮਿੱਟੀ ਦੇ ਬਣਾਏ ਹੋਏ ਆ ਮਿੱਟੀ ਦਾ ਲੇਪ ਕੀਤਾ ਹੋਇਆ ਇੱਧਰ ਵਿੱਚ ਡਿਜ਼ਾਈਨ ਵੀ ਬਣਾਇਆ ਡਿਜ਼ਾਈਨ ਵੀ ਦਿਖਾਓ ਜ਼ਰਾ ਉਹ ਬੈਕ ਸਾਈਡ 'ਤੇ ਦੇਖੋ ਜਿੱਥੇ ਘੜੇ ਘੁੜੇ ਪਏ ਡਿਜ਼ਾਈਨ ਵੀ ਬਣਾਇਆ ਹੋਇਆ ਸੰਦੂਕ ਪਿਆ ਇੱਧਰ ਵੀ ਆ ਦੇਖ ਲਓ ਆ ਬਣਾਏ ਹੋਏ ਆ ਸਮਾਨ ਸਮੂਹ ਰੱਖਣ ਲਈ ਸਾਰਾ ਕੁਛ ਇੰਨਾ ਕੋਈ ਜ਼ਬਰਦਸਤ ਹੈ ਨਾ ਮਾਸ਼ਾਅੱਲਾ ਆਇਓ ਅਸੀਂ ਪਰ ਵੀ ਤੁਹਾਨੂੰ ਦਿਖਾਉਂਦੇ ਹਾਂ ਆ ਜੀ ਪੁਰਾਣੇ ਵਕਤਾਂ ਦੇ ਵਿੱਚ ਇੱਦਾਂ ਭੜੋਲੇ ਬਣਾ ਕੇ ਇਸਤੇਮਾਲ ਕੀਤੇ ਜਾਂਦੇ ਸੀ ਅਤੇ ਡਿਜ਼ਾਈਨ ਦੇਖੋ ਕਿੰਨਾ ਖੂਬਸੂਰਤ ਆ ਆਹ ਵੀ ਮਿੱਟੀ ਦਾ ਇਹਦਾ ਬਣਾਇਆ ਹੋਇਆ ਵਾ ਇਸ ਵਿੱਚ ਸਮਾਨ ਸਮੂਹ ਰੱਖਿਆ ਹੋਇਆ ਦਾਣੇ ਰੱਖਣ ਲਈ ਇਸਤੇਮਾਲ ਕੀਤਾ ਜਾਂਦਾ ਆਹ ਦੇਖ ਲਓ ਸਾਰਾ ਹੀ ਮਿੱਟੀ ਨਾਲ ਬਣਾਇਆ ਹੋਇਆ ਆਹ ਅੱਜ ਕੱਲ੍ਹ ਦੀ ਜਿਹੜੀ ਜਦੀਦ ਟੈਕਨੋਲੋਜੀ ਇੱਦਾਂ ਦੇ ਭੜੋਲੇ ਇਸਤੇਮਾਲ ਹੁੰਦੇ ਅਤੇ ਆਹ ਦੇਖ ਲਓ ਕਮਰਿਆਂ ਦੀਆਂ ਦੀਵਾਰਾਂ ਕਮਰੇ ਪਿੱਛੇ ਹੋ ਕੇ ਸਾਰਾ ਦਿਖਾਓ ਆਹ ਦੇਖ ਲਓ ਕਮਰਿਆਂ ਦੀਆਂ ਜਿਹੜੀਆਂ ਦੀਵਾਰਾਂ ਮਿੱਟੀ ਦੀਆਂ ਬਣਾਈਆਂ ਹੋਈਆਂ ਲੱਕੜੀ ਦੇ ਦਰਵਾਜ਼ੇ ਸਪੈਸ਼ਲੀ ਆਹ ਵਾਲੇ ਕੁੰਡੇ ਬਹੁਤ ਖੂਬਸੂਰਤ ਲੱਗਦੇ ਆ ਅਤੇ ਰੋਸ਼ਨਦਾਨ ਜਿਹੜੇ ਸੀ ਜਿਹੜੇ ਇੱਦਾਂ ਬਣਾਏ ਜਾਂਦੇ ਸੀ ਕੋਈ ਵਿੰਡੋ ਸ਼ਿੰਡੋ ਨਹੀਂ ਬਣਾਈ ਜਾਂਦੀ ਸੀਗੀ ਅਤੇ ਇੱਦਾਂ ਰੋਸ਼ਨਦਾਨ ਲਗਾਏ ਜਾਂਦੇ ਸੀਗੇ ਹਵਾ ਲਈ ਅਤੇ ਆਹ ਦੇਖ ਲਓ ਲੱਕੜੀ ਦੇ ਦਰਵਾਜ਼ੇ ਹੋਰ ਇੱਧਰ ਦੇਖ ਸਕਦੇ ਹੋ ਤੁਸੀਂ ਟੋਕਰਾ ਮੌਜੂਦ ਆ ਸ਼ਤੂਤ ਜਿਹੜਾ ਹੁੰਦਾ ਨਾ ਉਹਦੀਆਂ ਸ਼ਾਖਾਂ ਨਾਲ ਬਣਾਇਆ ਜਾਂਦਾ ਗਾਓ ਦੇ ਵਿੱਚ ਲੋਕ ਮਿਹਨਤ ਕਰਦੇ ਬਣਾਉਂਦੇ ਆ ਅਤੇ ਆਹ ਕੜਾ ਕੂੜਾ ਰੱਖਣ ਲਈ ਬਣਾਇਆ ਹੋਇਆ ਆਹ ਵੀ ਪਿਆ ਕੜਾ ਕੂੜਾ ਰੱਖਣ ਲਈ ਆਹ ਬਣਾਇਆ ਹੋਇਆ ਲੱਕੜੀ ਦਾ ਵੀ ਪੁਰਾਣਾ ਹੀ ਬਣਿਆ ਹੋਇਆ ਵਾ ਆਹ ਦੇਖ ਲਓ ਜੀ ਇੱਕ ਹੋਰ ਖੂਬਸੂਰਤ ਕਿਚਨ ਔਰ ਵੀ ਇੱਕ ਦੋ ਕਿਚਨ ਹੈਗੀ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਦੀਵਾਰਾਂ ਮਿੱਟੀ ਦੀਆਂ ਬਣੀਆਂ ਹੋਈਆਂ ਸਾਰੀਆਂ ਆਹ ਦਹੀਂ ਮਤਲਬ ਜਦੋਂ ਮੱਖਣ ਕੱਢਣਾ ਹੋਵੇ ਨਾ ਇਹਦੇ ਨਾਲ ਰਿੜਕਿਆ ਜਾਂਦਾ ਵਾ ਚੁੱਲ੍ਹਾ ਬਣਾਇਆ ਹੋਇਆ ਆਹ ਜੀ ਦੁੱਧ ਕਾੜਨੀ ਜਦੋਂ ਦੁੱਧ ਗਰਮ ਹੋ ਜਾਵੇ ਨਾ ਗਰਮ ਕਰ ਅੱਗ ਬਾਲ ਕੇ ਇਹਦੇ ਵਿੱਚ ਦੁੱਧ ਰੱਖ ਦੇਈਦਾ ਸਾਰਾ ਦਿਨ ਕੱਢਦਾ ਰਹਿੰਦਾ ਅਤੇ ਕੱਢ ਕੱਢ ਕੇ ਬਹੁਤ ਹੀ ਮਜ਼ੇਦਾਰ ਜਿੱਦਾਂ ਖੋਇਆ ਹੁੰਦਾ ਉੱਦਾਂ ਹੋ ਜਾਂਦਾ ਅਤੇ ਬਹੁਤ ਟੇਸਟੀ ਲੱਗਦਾ ਅਤੇ ਆਹ ਹੋ ਗਿਆ ਦੂਸਰਾ ਕਿਚਨ ਔਰ ਵੀ ਇੱਥੇ ਔਰ ਵੀ ਬਹੁਤ ਕੁਛ ਨਵਾਂ ਤੁਹਾਨੂੰ ਦਿਖਾਉਂਦੀ ਹਾਂ ਅੱਜ ਹਾਂਜੀ ਜੀ
ਆਹ ਦੇਖ ਲਓ ਬਰਤਨ ਰੱਖਣ ਲਈ ਇੱਥੇ ਬਣਾਇਆ ਹੋਇਆ ਜਗ੍ਹਾ ਬਣਾਈ ਹੋਈ ਆ, ਨੀਚੇ ਸਮਾਨ ਸਮੂਹ ਰੱਖਣ ਲਈ ਆਹ ਦੇਖ ਲਓ ਦਸ ਮਿੰਟੀਆਂ ਸਮਾਨ ਸਮੂਹ ਰੱਖਿਆ ਹੋਇਆ ਵਾ। ਅੱਜ ਜਿੱਦਾਂ ਕਿ ਪੇਟੀ ਹੁੰਦੀ ਹੈ ਨਾ, ਜਿੱਦਾਂ ਪੇਟੀ ਹੁੰਦੀ ਉੱਦਾਂ ਹੀ ਬਣਾਇਆ ਹੋਇਆ, ਲੇਕਿਨ ਜਿੱਦਾਂ ਕਿ ਕੋਈ ਬੀਜ ਹੋ ਗਿਆ ਰੱਖਣਾ, ਕੋਈ ਵੀ ਦਾਣੇ ਵਗੈਰਾ ਰੱਖਣੇ ਹੁੰਦੇ ਇਹਦੇ ਵਿੱਚ ਰੱਖੇ ਜਾਂਦੇ ਆ, ਅਤੇ ਇਹ ਵੀ ਮਿੱਟੀ ਦਾ ਹੀ ਬਣਾਇਆ ਹੋਇਆ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ। ਆਹ ਦੇਖੋ ਜੀ, ਆਹ ਵੀ ਜਿਹੜੇ ਆ ਦਰਵਾਜ਼ੇ ਜਿਹੜੇ ਆ ਬਣਾਏ ਹੋਏ ਨਾ ਬੰਦ ਕਰਨ ਲਈ, ਇਹ ਵੀ ਮਿੱਟੀ ਦੇ ਬਣਾਏ ਹੋਏ ਆ। ਆਹ ਵੀ ਦਾਣੇ ਦੂਣੇ ਰੱਖਣ ਲਈ ਆ, ਦੇਖ ਲਓ ਜੀ ਛੋਟਾ ਜਿਹਾ ਭੜੋਲਾ, ਭੜੋਲੀ ਬਣਾਈ ਹੋਈ ਆ। ਹਾਂਜੀ ਜੀ, ਇਹਦੇ ਵਿੱਚ ਜਿੱਦਾਂ ਕਿ ਫਸਲ ਤਿਆਰ ਕਰਨੀ ਹੁੰਦੀ, ਬੀਜ ਹੁੰਦਾ ਜਿਹੜਾ ਫਸਲ ਲਈ ਸਪੈਸ਼ਲੀ ਰੱਖਿਆ ਜਾਂਦਾ, ਉਹ ਇਹਦੇ ਵਿੱਚ ਰੱਖਿਆ ਜਾਂਦਾ, ਸਾਲ ਸਾਰਾ ਰੱਖਿਆ ਜਾਂਦਾ, ਬਿਲਕੁਲ ਠੀਕ ਰਹਿੰਦਾ ਵਾ। ਹੋਰ ਜੀ, ਆਹ ਦੇਖ ਰਹੇ ਹੋ ਤੁਸੀਂ ਮਿੱਟੀ ਨਾਲ ਬਣਾਇਆ ਹੋਇਆ, ਮਿੱਟੀ ਨਾਲ ਇੱਕਦਮ ਨਾਲ ਹੀ ਖੜਾ ਹੋ ਜਾਂਦਾ। ਤੁਸੀਂ ਇਹ ਘਰ ਦੇਖ ਰਹੇ ਹੋ, ਮਿੱਟੀ ਦੇ ਨਾਲ ਇੱਕਦਮ ਨਾਲ ਹੀ ਖੜਾ ਹੋ ਗਿਆ। ਇਹ ਥੋੜ੍ਹਾ ਥੋੜ੍ਹਾ ਨਾ ਕਰਕੇ ਲਗਾਇਆ, ਥੋੜ੍ਹੇ ਥੋੜ੍ਹੇ ਵਾਰ ਲਗਾਏ ਜਾਂਦੇ, ਥੋੜ੍ਹੀ ਥੋੜ੍ਹੀ ਇੰਨੀ ਇੰਨੀ ਮਿੱਟੀ ਲਗਾਈ ਜਾਂਦੀ ਆ, ਅਤੇ ਜਦੋਂ ਸੁੱਕ ਜਾਂਦੀ ਫਿਰ ਉੱਪਰ ਵਾਰ ਦਿੱਤਾ ਜਾਂਦਾ। ਅਗਰ ਸਿੱਧੀ ਸਾਰੀ ਕੜੀ ਖੜੀ ਕਰ ਦਿਉ ਤਾਂ ਐਵੇਂ ਡਿੱਗ ਜੂਗੀ, ਅਤੇ ਬਹੁਤ ਜ਼ਿਆਦਾ ਮਿਹਨਤ ਹੋਈ ਆ ਸਾਰਾ ਮਿੱਟੀ ਦਾ। ਦੇਖ ਰਹੇ ਹੋ ਤੁਸੀਂ, ਆਇਓ ਜੀ ਔਰ ਵੀ ਤੁਹਾਨੂੰ ਦਿਖਾਉਂਦੇ ਹਾਂ। ਆਹ ਜੀ ਪੱਠੇ ਕੁੱਟਣ ਵਾਲੀ ਮਸ਼ੀਨ, ਟੋਕਾ ਮਸ਼ੀਨ, ਉੱਧਰ ਜੀ ਖੁੱਡਾਂ ਵੀ ਆ, ਤੁਹਾਨੂੰ ਆਇਓ ਖੁੱਡਾਂ ਵੀ ਵਿਖਾ ਸਕਦੀ ਹਾਂ ਮਿੱਟੀ ਦਾ ਬਣੇ ਹੋਇਆ। ਬੜਾ ਕੁਛ ਦੇਖਣ ਲਈ ਆ ਜੀ, ਦੇਖ ਲਓ ਘਰ ਦੀਆਂ ਵੀ ਵਾਰਾਂ ਛੋਟੀਆਂ ਛੋਟੀਆਂ ਬਣਾਈਆਂ ਜਾਂਦੀਆਂ। ਆਹ ਖੁੱਡਾ ਬਣਾਇਆ ਹੋਇਆ ਜਿਹਦੇ ਵਿੱਚ ਮੁਰਗੀਆਂ ਨੂੰ ਤਾੜਿਆ ਜਾਂਦਾ, ਹੋਰ ਕਬੂਤਰਾਂ ਨੂੰ ਤਾੜ ਲਓ, ਜਿਹਨੂੰ ਮਰਜ਼ੀ ਤਾੜ ਲਓ। ਆਹ ਜੀ ਖੁੱਡਾ ਦੇਖੋ ਕਿੰਨਾ ਖੂਬਸੂਰਤ ਬਣਾਇਆ। ਇੱਧਰ ਦੀਵਾਰਾਂ ਕੋਈ ਵੱਡੀਆਂ ਵੱਡੀਆਂ ਦੀਵਾਰਾਂ ਨਹੀਂ ਕੀਤੀਆਂ ਹੋਈਆਂ, ਕੋਈ ਕੁਛ ਨਹੀਂ, ਬਸ ਕਮਰੇ ਬਣਾਏ ਹੋਏ, ਛੋਟੀਆਂ ਛੋਟੀਆਂ ਦੀਵਾਰਾਂ ਕੀਤੀਆਂ ਹੋਈਆਂ, ਮਹਿਫੂਜ਼ ਰਹਿੰਦੇ ਆ, ਬਹੁਤ ਹੀ ਪਿਆਰ। ਪਹਿਲੇ ਜ਼ਮਾਨੇ 'ਚ ਵੀ ਇੱਦਾਂ ਬਣਾਇਆ ਜਾਂਦਾ ਸੀਗਾ, ਅੱਜ ਕੱਲ੍ਹ ਜੀ ਮਾੜੀ ਜਿਹੀ ਲੜਾਈ ਹੋਵੇ ਤਾਂ ਵੱਡੀਆਂ ਵੱਡੀਆਂ ਕੰਧਾਂ ਖੜੀਆਂ ਹੋ ਜਾਂਦੀਆਂ। ਘਰ ਦੇ ਵਿੱਚ ਇੰਨੇ ਖੂਬਸੂਰਤ ਘਰ ਬਣੇ ਹੁੰਦੇ ਆ, ਅਤੇ ਵੱਡੀਆਂ ਵੱਡੀਆਂ ਵਿੱਚ ਕੰਧਾਂ ਖੜੀਆਂ ਹੁੰਦੀਆਂ, ਜਦੋਂ ਬਟਵਾਰਾ ਹੁੰਦਾ, ਲੜਾਈਆਂ ਝਗੜੇ ਹੁੰਦੇ ਆ। ਅਤੇ ਆਹ ਦੇਖ ਲਓ ਜੀ, ਮਾਲ ਵੀ ਰੱਖਿਆ ਹੋਇਆ, ਬੱਕਰੀਆਂ, ਜਾਨਵਰ, ਛੋਟੇ ਛੋਟੇ ਬੱਚੇ ਆ, ਦੇਖੋ। ਆਹੀ ਮਿੱਟੀ ਆ ਜਿਹੜੀ ਚਿਕਣੀ ਆ, ਲਿੱਪਣ ਲਈ ਇਸਤੇਮਾਲ ਕੀਤੀ ਜਾਂਦੀ ਆ, ਘਰ ਬਣਾਉਣ 'ਚ ਇਸਤੇਮਾਲ ਕੀਤੀ ਜਾਂਦੀ ਆਹੀ ਮਿੱਟੀ ਆ। ਕੋਈ ਆਮ ਜਿਹੜੀ ਮਿੱਟੀ ਹੁੰਦੀ ਨਾ ਉਹ ਨਹੀਂ ਇਸਤੇਮਾਲ ਹੁੰਦੀ, ਉਹ ਤਾਂ ਮਤਲਬ ਖੜੀ ਨਾ ਰਹੋ, ਖੜੀ ਵੀ ਰਹਿੰਦੀ। ਆਹ ਚਿਕਣੀ ਮਿੱਟੀ ਹੁੰਦੀ, ਇਹ ਸਪੈਸ਼ਲੀ ਇਸਤੇਮਾਲ ਕੀਤੀ ਜਾਂਦੀ ਆ। ਉਹ ਕਿਚਨ ਤੁਹਾਨੂੰ ਦਿਖਾਇਆ, ਉਹ ਮੈਂ ਤੁਹਾਨੂੰ ਕਿਚਨ ਦਿਖਾਇਆ, ਉਹ ਧੁੱਪੇ ਬਣਾਇਆ ਆ, ਅੱਜ ਕਿਚਨ ਛਾਂ 'ਤੇ ਬਣਾਇਆ ਹੋਇਆ। ਸੁਬਹਾ ਸੁਬਹਾ ਤਾਂ ਉਸ ਕਿਚਨ 'ਤੇ ਕੰਮ ਹੋ ਜਾਂਦਾ, ਲੇਕਿਨ ਦੁਪਹਿਰ ਟਾਈਮ ਕੰਮ ਨਹੀਂ ਹੁੰਦਾ, ਧੁੱਪ ਬਹੁਤ ਜ਼ਿਆਦਾ ਹੁੰਦੀ। ਇਸ ਕਰਕੇ ਜੀ ਨਿੰਮ ਵੀ, ਨਿੰਮ ਦੀ ਛਾਂ ਦੇ ਨੀਚੇ ਕਿਚਨ ਬਣਾਇਆ ਹੋਇਆ। ਆਹ ਦੇਖ ਲਓ, ਜਿੱਦਾਂ ਡੋਲੀ ਹੁੰਦੀ ਹੈ ਨਾ ਸਮਾਨ ਸਮੂਹ ਰੱਖਣ ਲਈ, ਉਹ 'ਤੇ ਇਹਨੂੰ ਬਣਾਇਆ ਹੋਇਆ ਵਾ ਮਿੱਟੀ ਦਾ, ਅਤੇ ਇਹਦੇ ਵਿੱਚ ਬਰਤਨ ਵਗੈਰਾ, ਕੁਛ ਸਮਾਨ, ਕੁਛ ਦੂਧ ਵਗੈਰਾ, ਕੁਛ ਵੀ ਰੱਖਿਆ ਜਾ ਸਕਦਾ ਵਾ। ਅਤੇ ਆਹ ਦੇਖ ਲਓ ਚੁੱਲ੍ਹੇ ਬਣਾਏ ਹੋਏ ਆ ਮਿੱਟੀ ਦੇ। ਆਹ ਚੁੱਲ੍ਹਾ ਵਾ, ਆਹ ਵਾਲੀ ਤੰਦੂਰੀ ਆ, ਛੋਟੀ ਤੰਦੂਰੀ, ਇਹਦੇ ਵਿੱਚ ਰੋਟੀਆਂ ਲੱਗ ਜਾਂਦੀਆਂ, ਸਾਲਣ ਰੋਟੀ ਸਾਰਾ ਕੁਛ ਬਣ ਜਾਂਦਾ। ਆਹ ਵੀ ਸਮਾਨ ਵਗੈਰਾ ਰੱਖਣ ਲਈ ਬਣਾਈ ਹੋਈ ਆ, ਇਹਦੇ ਵਿੱਚ ਪੱਲੀਆਂ ਰੱਖੀਆਂ ਹੋਈਆਂ, ਇੱਧਰ ਉੱਪਰ ਸਾਰਾ ਕੁਛ ਬਣਾਇਆ। ਉਹ ਵਾਲਾ ਤੰਦੂਰ ਆ, ਆਹ ਇੱਕ ਤੰਦੂਰ ਦਿਖਾਉਂਦੀ ਹਾਂ। ਅੱਜ ਤੰਦੂਰ ਬਣਾਇਆ ਹੋਇਆ, ਉਹ ਛੋਟੀ ਤੰਦੂਰੀ ਸੀਗੀ ਜੋ ਕਿ ਚੁੱਲ੍ਹੇ ਦੇ ਤੌਰ 'ਤੇ ਵੀ ਇਸਤੇਮਾਲ ਹੁੰਦੀ, ਰੋਟੀਆਂ ਦੇ ਤੌਰ 'ਤੇ ਵੀ। ਅਤੇ ਆਹ ਛੋਟਾ ਚੁੱਲ੍ਹਾ ਜੋ ਕਿ ਚੱਕ ਵੀ ਲਿਆ ਜਾਂਦਾ ਵਾ ਇੱਥੋਂ, ਇਸਤੇਮਾਲ ਇੱਧਰ ਉੱਧਰ ਰੱਖ ਕੇ ਇਸਤੇਮਾਲ ਹੋ ਜਾਂਦਾ। ਕਦੀ ਆਹ ਹੈਗੀ ਆ ਦਾਣੇ ਦੂਣੇ ਰੱਖਣ ਲਈ। ਹਾਂਜੀ ਜੀ, ਆਹ ਜੀ ਹੈਗੀ ਆ ਦੁੱਧ ਕਾੜਨ ਵਾਲੀ ਕਾੜਨੀ, ਦੁੱਧ ਨੂੰ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਅੱਗ ਬਾਲੀ ਜਾਂਦੀ ਆ, ਦੁੱਧ ਨੂੰ ਰੱਖ ਦਿੱਤਾ ਜਾਂਦਾ ਅੱਗ ਦੇ ਉੱਪਰ, ਸੁਬਹ ਤੋਂ ਸ਼ਾਮ ਤੀਕ ਪੱਕਦਾ ਰਹਿੰਦਾ ਵਾ। ਆਹ ਇੱਧਰੋਂ ਜੀ ਆਇਓ, ਹੁਣ ਇੱਧਰ ਜਿਹਦੇ ਜਾਨਵਰ ਵਗੈਰਾ ਬੰਨੇ ਜਾਂਦੇ ਆ ਉਹ ਵੀ ਤੁਹਾਨੂੰ ਦਿਖਾਉਂਦੀ ਹਾਂ। ਹਾਂਜੀ ਜੀ, ਗਾਂਵ ਦੇ ਜਿਹੜੇ ਲੋਕ ਹੁੰਦੇ ਆ, ਸੁਬਹ ਸੁਬਹ ਬੱਕਰੀਆਂ ਜਿੱਦਾਂ ਹੁੰਦੀਆਂ ਉਹਨਾਂ ਦੀਆਂ, ਜਾਂ ਕੋਈ ਜਾਨਵਰ ਆ ਭੈਂਸਾਂ ਵਗੈਰਾ, ਉਹਨਾਂ ਨੂੰ ਛੋੜ ਲਿਆ ਜਾਂਦਾ ਵਾ, ਤਾਂ ਸੁਬਹ ਤੋਂ ਸ਼ਾਮ ਤੱਕ ਚਰਾਉਂਦੇ ਆ। ਕੋਈ ਉਹਨਾਂ ਦੀ ਜ਼ਮੀਨਾਂ ਕਿਸੇ ਦੀਆਂ ਹੁੰਦੀਆਂ, ਕਿਸੇ ਦੀਆਂ ਨਹੀਂ ਹੁੰਦੀਆਂ, ਅਗਰ ਹੋਣ ਤਾਂ ਘਰ ਦੇ ਮਤਲਬ ਘਰ ਹੀ ਪੱਠੇ ਵੱਢ ਕੇ ਪਾ ਦਿੱਤੇ ਜਾਂਦੇ, ਅਗਰ ਨਾ ਹੋਣ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਚਰਾਉਣੀਆਂ ਪੈਂਦੀਆਂ। ਅਤੇ ਆਹ ਦੇਖ ਲਓ ਜੀ, ਜਿਹੜੀਆਂ ਗਾਵਾਂ ਮੱਝਾਂ ਜੋ ਵੀ ਸੀਗਾ ਨਾ, ਸਾਰਾ ਕੁਛ ਲੈ ਕੇ ਗਿਆ ਹੋਇਆ। ਆਹ ਬੱਚੇ ਜਿਹੜੇ ਆ ਨਾ, ਜਿਹੜੇ ਛੋਟੇ ਜਾਨਵਰ ਆ, ਉਹ ਘਰ ਦੇ ਵਿੱਚ ਆ। ਅਤੇ ਆਹ ਇਹਨਾਂ ਲਈ ਬਰਾਬਰ ਬਣਾਇਆ ਹੋਇਆ, ਇਹ ਇੱਟਾਂ ਦਾ ਬਣਾਇਆ ਹੋਇਆ ਵਾ, ਛਾਂ ਦਾ ਅੱਛਾ ਇੰਤਜ਼ਾਮ ਕੀਤਾ ਹੈ, ਗਰਮੀ ਬਹੁਤ ਜ਼ਿਆਦਾ ਵਾ। ਅਤੇ ਬਾਲਣ ਦਾ ਇੰਤਜ਼ਾਮ ਦੇਖੋ, ਆਹ ਜੀ ਕਿੱਕਰਾਂ ਸ਼ਿਕਰਾਂ ਬਾਲੀਆਂ ਜਾਂਦੀਆਂ, ਹੋਰ
ਸਿੱਟੀਆਂ ਬਾਲ ਲਈਆਂ ਜਾਂਦੀਆਂ ਇੱਧਰ ਹੀ ਬਾਲਣ ਦਾ ਇੰਤਜ਼ਾਮ ਔਰ ਵੀ ਦੂਸਰੀ ਸਾਈਡ 'ਤੇ ਵੀ ਹਾਂਜੀ ਜੀ ਇੱਧਰ ਵੀ ਜਾਨਵਰ ਵਗੈਰਾ ਬਣੇ ਹੋਏ ਆ ਇੱਧਰ ਨਾਲ ਹੀ ਫਸਲਾਂ ਮੌਜੂਦ ਆ ਪੱਠੇ ਪੁੱਠੇ ਬੀਜੇ ਹੋਏ ਆ ਅਤੇ ਉਹ ਡੈਲ ਆ ਮਾਰਦਾ ਵਾ ਉਹਦੇ ਕੋਲ ਨਹੀਂ ਜਾਣਾ ਔਰ ਉੱਧਰ ਤੁਸੀਂ ਉਹ ਦੇਖਣ ਦੇ ਹੋ ਪੁਰਾਣੇ ਜ਼ਮਾਨੇ ਦੀ ਹੀ ਬਣੀ ਹੋਈ ਉਹ ਜਾਨਵਰ ਨੂੰ ਬੰਨ੍ਹਣ ਲਈ ਸਪੈਸ਼ਲੀ ਬਣਾਇਆ ਹੋਇਆ ਸੀਗਾ ਅਤੇ ਹੁਣ ਵੀ ਉੱਥੇ ਜਾਨਵਰ ਬੰਨ੍ਹੇ ਜਾਂਦੇ ਖੁਰਲੀ ਖਾਲੀ ਬਣਾਈ ਹੋਈ ਆ ਮਿੱਟੀ ਦੀ ਟੁੱਟੀ ਭੱਜੀ ਪਈ ਹਾਲੇ ਵੀ ਇਸਤੇਮਾਲ ਕੀਤੀ ਜਾਂਦੀ ਹੈ ਦੁਬਾਰਾ ਸੈੱਟ ਕਰ ਲਿਆ ਜਾਂਦਾ ਪਾਥੀਆਂ ਸਪੈਸ਼ਲੀ ਇਸਤੇਮਾਲ ਕੀਤੀਆਂ ਜਾਂਦੀਆਂ ਗਾਂ ਦੇ ਵਿੱਚ ਬਣਾ ਬਣਾ ਕੇ ਬਾਲਣ ਵਗੈਰਾ ਕੰਮ ਹੁੰਦਾ ਵਾ ਆਹ ਦੇਖ ਲਓ ਜੀ ਆਹ ਇਹਦੀ ਮੰਮਾ ਵਾ ਆ ਇਹਦਾ ਬੱਚਾ ਵਾ ਹੁਣੇ ਦੁੱਧ ਪੀ ਰਿਹਾ ਸੀ ਖੁਰਲੀ 'ਚ ਬੈਠ ਕੇ ਸਾਨੂੰ ਦਿਖਾਉਣਾ ਸੀ ਲੇਕਿਨ ਫੌਰਨ ਨੇ ਉਹਨੇ ਛੋੜ ਦਿੱਤਾ ਡਰਦੇ ਮਾਰੇ ਅਤੇ ਆਹ ਜੀ ਮੋਲੀਆਂ ਲੱਗੀਆਂ ਹੋਈਆਂ ਪੱਖੀਆਂ ਨਹੀਂ ਆ ਹਾਲੇ ਕੱਚੀਆਂ ਵਾ ਹਾਂਜੀ ਜੀ ਮਾਸ਼ਾਅੱਲਾ ਜੀ ਸਾਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਬਹੁਤ ਖੂਬਸੂਰਤ ਘਰ ਸੀਗਾ ਬਹੁਤ ਖੂਬਸੂਰਤ ਘਰ ਆ ਅਤੇ ਸਾਰਾ ਕੁਛ ਪੁਰਾਣੇ ਜ਼ਮਾਨੇ ਦਾ ਹੀ ਬਣਾਇਆ ਹੋਇਆ ਵਾ ਭੜੋਲੀਆਂ ਭੜੋਲੀਆਂ ਸਾਰਾ ਕੁਛ ਨਾ ਕਿਚਨ ਵੀ ਬਰਾਮਦਾ ਕਮਰੇ ਸਾਰਾ ਕੁਛ ਅਤੇ ਬਹੁਤ ਖੂਬਸੂਰਤ ਅੰਦਾਜ਼ ਨਾਲ ਹਾਲੇ ਵੀ ਸਾਫ਼ ਸੁਥਰਾ ਉੱਤੇ ਹੀ ਬਿਲਕੁਲ ਰੱਖਿਆ ਹੋਇਆ ਵਾ ਅਤੇ ਛਾਂ ਦਾ ਅੱਛਾ ਇੰਤਜ਼ਾਮ ਆ ਨਿੰਮ ਰੱਖੀ ਹੋਈ ਆ ਕੋਈ ਇੱਥੇ ਪੱਖੇ ਪੁੱਖੇ ਨਹੀਂ ਕੋਈ ਬਿਜਲੀ ਨਹੀਂ ਕੋਈ ਕੁਛ ਨਹੀਂ ਮਿਹਨਤਾਂ ਕੀਤੀਆਂ ਜਾਂਦੀਆਂ ਅਤੇ ਖੁਸ਼ੀ ਨਾਲ ਜ਼ਿੰਦਗੀ ਗੁਜ਼ਾਰੀ ਜਾਂਦੀ ਛੋਟੀਆਂ ਛੋਟੀਆਂ ਕੰਧਾਂ ਵਾ ਅਤੇ ਹਾਂਜੀ ਜੀ ਤੁਸੀਂ ਦੱਸਣਾ ਕਿ ਅੱਜ ਦਾ ਵਲੋਗ ਕਿੱਦਾਂ ਦਾ ਲੱਗਿਆ ਲਾਈਕ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਸਬਸਕ੍ਰਾਈਬ ਕਰ ਲਿਓ ਇੱਦਾਂ ਜੀ ਮਜ਼ੇ ਮਜ਼ੇ ਦੇ ਪਿਆਰੇ ਪਿਆਰੇ ਵਲੋਗ ਤੁਹਾਡੇ ਲੈ ਕੇ ਹੁੰਦੇ ਰਹਾਂਗੇ ਇਜਾਜ਼ਤ ਚਾਹੁੰਦੇ ਹਾਂ ਬਹੁਤ ਸਾਰਾ ਖਿਆਲ ਰੱਖਿਓ ਦੁਆ 'ਚ ਯਾਦ ਰੱਖਿਓ ਅੱਲਾ ਹਾਫਿਜ਼